ਗੱਲ ਕਰਦਾ ਹੁੰਦਾ ਸੀਗਾ ਕਿ ਲੋਕਤੰਤਰ ਜਿਹੜਾ, ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਹੱਕ ਆ ਚੋਣ ਲੜਨ ਦਾ, ਔਰ ਲੋਕਾਂ ਨੇ ਜਿਹੜਾ ਫਤਵਾ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਦਿੱਤਾ, ਔਰ ਮੈਂ ਇਸ ਗੱਲ ਦੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ, ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ, ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇਣਾ, ਔਰ ਮੈਂ ਉਹਨਾਂ ਦੇ ਵਰਕਰਾਂ ਨੂੰ, ਸਾਰਿਆਂ ਨੂੰ, ਸਾਥੀਆਂ ਨੂੰ, ਜਿਨ੍ਹਾਂ ਨੇ ਵਾਕਈ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ, ਔਰ ਅੱਜ ਉਹਨਾਂ ਲੋਕਾਂ ਨੂੰ ਵੀ ਵਧਾਈ ਦੇਣਾ ਕਿ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ। ਕਿਉਂਕਿ ਪਹਿਲਾਂ ਵੀ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਜਦੋਂ ਕਾਂਗਰਸ ਦੀ ਸਰਕਾਰ ਸੀ। ਜਿੰਨੀ ਡਿਵੈਲਪਮੈਂਟ ਉਹ 50 ਸਾਲਾਂ ਦੇ ਵਿੱਚ ਨਹੀਂ ਕਿਤੇ ਹੋਈ ਜਿਹੜੀ ਕਾਂਗਰਸ ਸਮੇਂ 'ਚ ਹੋਈ, ਚਾਹੇ ਉਹ ਗਿੱਲ ਸਾਹਿਬ ਦੇ ਹਲਕੇ ਦੀ ਗੱਲ ਕਰ ਲਈਏ, ਚਾਹੇ ਉਹ ਭਲਾਈਪੁਰ ਸਾਹਿਬ ਦੇ ਹਲਕੇ ਦੀ ਗੱਲ ਕਰ ਲਈਏ, ਕਿਸੇ ਹਲਕੇ 'ਚ ਤੁਸੀਂ ਚਲੇ ਜਾਓ ਤਾਂ ਉਦੋਂ ਡਿਵੈਲਪਮੈਂਟ ਜਿਹੜੀ ਉਹ ਇੱਕ ਨੰਬਰ 'ਤੇ ਹੋਈ ਸੀ, ਅਤੇ ਹੁਣ ਜੋ ਹਾਲਾਤ ਬਣੇ ਨੇ, ਹੁਣ ਜਿਹੜੇ ਹਾਲਾਤ ਬਣੇ ਨੇ, ਹੁਣ ਇਹ ਹਾਲਾਤ ਬਣੇ ਪਏ ਨੇ ਕਿ ਹੁਣ ਪਹਿਲਾਂ ਵੀ ਝਾੜੂ ਵਾਲੇ ਲੈ ਜਾਂਦੇ, ਅੱਜ ਉਹਨਾਂ ਨੇ 27 ਮਹੀਨਿਆਂ 'ਚ ਕੀਤਾ ਕੁਛ ਨਹੀਂ। ਉਦੋਂ ਬਾਅਦ ਇੱਕ ਨਵਾਂ ਬਦਲਾਅ ਜਿਹੜਾ ਕਿ ਇੱਕ ਜਿਹਨੂੰ ਖਾਲਿਸਤਾਨੀ ਬਦਲਾਅ ਕਹਿੰਦੇ ਆ, ਜਿਹੜੇ ਉਹਦੇ ਨਾਲ ਲੋਕ ਜੁੜੇ ਸੀ, ਉਹਨਾਂ ਦੀ ਇੱਕ ਡਿਮਾਂਡ ਸੀਗੀ ਕਿ ਅਸੀਂ ਭਾਈ ਅੰਮ੍ਰਿਤਪਾਲ ਜੀ ਨੂੰ ਜੇਲ੍ਹ 'ਚੋਂ ਬਾਹਰ ਕੱਢਣਾ। ਅੱਜ ਮੈਂ ਭਾਈ ਅੰਮ੍ਰਿਤਪਾਲ ਜੀ ਨੂੰ ਇਸ ਗੱਲ ਦੀ ਵਧਾਈ ਵੀ ਦੇਣਾ ਕਿ ਤੁਸੀਂ ਆ ਜਾਣਾ, ਪਰ ਉਹ ਜਿਹੜੇ ਸਾਡੇ ਨਾਲ ਦੇ ਸਾਥੀ ਨੇ, ਚਾਹੇ ਬਾਜੇ ਕੇ ਆ, ਪ੍ਰਧਾਨ ਮੰਤਰੀ ਜਾਂ ਹੋਰ ਨੇ, ਉਹਨਾਂ ਨੂੰ ਜ਼ਰੂਰ ਲੈ ਕੇ ਆਉਣਾ। ਔਰ ਇੱਕ ਮੈਂ ਇੱਕ ਇਹ ਵੀ ਗੱਲ ਅੱਜ ਮੀਡੀਆ ਸਾਹਮਣੇ ਕਰਨੀ ਚਾਹੁੰਦਾ ਕਿ ਅਜੇ ਗਿਣਤੀ ਚੱਲ ਰਹੀ ਹੈ, ਅਜੇ ਰਿਜ਼ਲਟ ਫਾਈਨਲ ਨਹੀਂ ਹੋਇਆ। ਠੀਕ ਹੈ, ਲੀਡ ਆ, ਜਿੱਤ ਹੋ ਗਈ ਆ, ਔਰ ਮੈਂ ਉਹਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਜਿਹੜੀਆਂ ਥ੍ਰਿਟ ਕੌਲਾਂ ਜਿਹੜੀਆਂ ਨੇ, ਜਿਹੜੀ ਗੱਲ ਤੋਂ ਲੋਕ ਡਰਦੇ ਸੀ, ਉਹ ਸ਼ੁਰੂ ਹੋ ਗਈਆਂ। ਰਿਤਿਕ ਅਰੋੜਾ ਸਾਡਾ, ਜੋ ਕਿ ਯੂਥ ਕਾਂਗਰਸ ਦਾ ਸੀਨੀਅਰ ਆਗੂ ਆ, ਉਹਨੂੰ ਹਰੀ ਕੇ ਲੰਡੇ ਦੀ ਕੌਲ ਆਈ ਆ। ਉਹਨੇ ਕਿਹਾ ਕਿ ਬਈ ਤੂੰ ਜੀਰੇ ਦੀ ਬਹੁਤ ਮੱਤ ਕੀਤੀ ਸੀ ਅਤੇ ਜੀਰਾ ਤਾਂ ਜਿੱਤਿਆ ਨਹੀਂ, ਅਤੇ ਇਸ ਕਰਕੇ ਇਹ ਆ ਕਿ ਹੁਣ 2 ਕਰੋੜ ਰੁਪਈਆ ਤਿਆਰ ਰੱਖ, ਅਤੇ ਨਹੀਂ ਤਾਂ ਤੈਨੂੰ ਦੁਕਾਨ 'ਤੇ ਆਣ ਕੇ ਤੈਨੂੰ ਜਿਹੜਾ ਕਿ ਅਸੀਂ ਮੁੜ ਕੇ ਉਹਨੂੰ ਬਹੁਤ ਮਾੜੀ ਚੰਗੀ ਸ਼ਬਦਾਵਲੀ ਬੋਲੀ, ਜਾਨੋਂ ਮਾਰਨ ਦੀ ਜਿਹੜੀ ਆ ਉਹਨੂੰ ਧਮਕੀ ਵੀ ਦਿੱਤੀ ਗਈ। ਔਰ ਮੈਂ ਗੱਲ ਕਹਿੰਦਾ ਕਿ ਅਜੇ ਤਾਂ ਜਿਵੇਂ ਕਹਿੰਦੇ ਅਜੇ ਸਰਟੀਫਿਕੇਟ ਮਿਲਣਾ ਹੈ, ਅਜੇ ਤਾਂ ਇਹ ਕਿ ਸਹੁੰ ਚੱਕਣੀ ਹੈ, ਉਦੋਂ ਪਹਿਲਾਂ ਹੀ ਜਿਹੜਾ ਕਿ ਥ੍ਰਿਟ ਕੌਲਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਕਰਕੇ ਮੈਂ ਜਿਨ੍ਹਾਂ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ, ਜਿਹੜੀ ਲੀਡਰਸ਼ਿਪ ਨੇ ਮੇਰੇ 'ਤੇ ਦਿਨ ਰਾਤ ਇੱਕ ਕਰਕੇ ਜਿਹੜੀ ਮਿਹਨਤ ਕੀਤੀ, ਮੈਂ ਸਾਰੇ ਆਪਦੇ ਕਾਂਗਰਸੀ ਵੀਰਾਂ ਦਾ ਜਿਹੜਾ ਉਹ ਕੋਟ ਧੰਨਵਾਦ ਕਰਦਾ, ਔਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਉਹਨਾਂ ਦਾ ਹਰ ਜਿਹੜਾ ਦੁੱਖ ਸੁੱਖ ਜਿਹੜਾ ਉਹ ਮੇਰਾ ਦੁੱਖ ਸੁੱਖ ਹੋਵੇਗਾ, ਔਰ ਹਰ ਦੁੱਖ ਸੁੱਖ 'ਚ ਉਹਨਾਂ ਦੇ ਸਹਾਈ ਹੋਵਾਂਗਾ। ਔਰ ਜਿਹੜੀ ਰਿਤਿਕ ਅਰੋੜਾ ਨੂੰ ਕੌਲ ਆਈ ਹੈ, ਠੀਕ ਹੈ, ਉਹ ਮੈਂ ਗੱਲ ਕਹਿੰਦਾ ਕਿ ਉਹਨੂੰ ਕੌਲ ਮੇਰੇ ਕਰਕੇ ਆਈ ਹੈ, ਨਾ ਕਿ ਕਿਸੇ ਹੋਰ ਕਰਕੇ, ਔਰ ਉਹਦੇ ਵਿੱਚ ਮੇਰਾ ਬਕਾਇਦਾ ਵੇਰਵਾ ਜਿਹੜਾ ਹੈ ਉਹ ਦਿੱਤਾ ਗਿਆ। ਔਰ ਮੈਂ ਭਾਈ ਸਾਹਿਬ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਦੇ ਜਿਹੜੇ ਇਹੋ ਜਿਹੇ ਗਲਤ ਅੰਸਰ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾਇਆ ਜਾਵੇ, ਉਹਨਾਂ ਨੂੰ ਕਹੋ, ਕਿਉਂਕਿ ਕੱਲ੍ਹ ਨੂੰ ਜੇ ਕਿਸੇ ਦਾ ਨੁਕਸਾਨ ਹੁੰਦਾ, ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ। ਦੇਸ਼ ਤਾਂ ਨਹੀਂ ਬਚਣਾ ਹੈਗਾ, ਕਿਉਂਕਿ ਦੇਸ਼ ਤਾਂ ਫਿਰ ਮੋਦੀ ਦੇ ਹੱਥਾਂ 'ਚ ਆ ਗਿਆ, ਪਰ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ। ਜੇ ਪੰਜਾਬ ਦੇ ਲੋਕਾਂ ਨੇ, ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਨੇ ਜੇ ਉਹਨਾਂ ਤੁਹਾਨੂੰ ਐਡਾ ਵੱਡਾ ਫਤਵਾ ਦਿੱਤਾ, ਮੈਂਬਰ ਪਾਰਲੀਮੈਂਟ ਬਣਾਇਆ, ਤਾਂ ਤੁਹਾਡੇ ਮੈਂਬਰ ਪਾਰਲੀਮੈਂਟ ਹਲਕੇ ਦੇ ਵਿੱਚ ਜਿਹੜੀਆਂ ਕਿ ਇਹੋ ਜਿਹੀਆਂ ਥ੍ਰਿਟ ਕੌਲਾਂ ਜਿਹੜੀਆਂ ਨੇ ਉਹ ਹੁਣ ਤੋਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਕਰਕੇ ਮੈਂ ਗੱਲ ਕਹਿੰਦਾ ਕਿ ਜੇ ਉਹਨਾਂ ਲੋਕਾਂ ਨੇ ਤੁਹਾਡੀ ਮਦਦ ਕੀਤੀ ਹੈ, ਤਾਂ ਤੁਸੀਂ ਜ਼ਰੂਰ ਉਹਨਾਂ ਲੋਕਾਂ ਨੂੰ ਕਹੋ ਕਿ ਇਹੋ ਜਿਹੀਆਂ ਜਿਹੜੀਆਂ ਤੁਸੀਂ ਕੌਲਾਂ ਕਰ ਰਹੇ ਹੋ ਉਹਨਾਂ ਤੋਂ ਬਚੋ।